ਆਪਾਂ ਗੇੜੀ ਵਿਦ ਗੁਰਜੀਤ ਵਿੱਚ ਅੱਜ ਗੇੜੀ ਲਵਾਈ ਹੈ ਆਪਣਾ ਟਰੈਕਟਰ 'ਤੇ। ਉਹ ਪਿੱਛੇ ਬਾਈ ਮਿੱਤਰ ਮੇਰਾ ਬੈਠਾ ਹੈ ਭਤੀਜ, ਅਤੇ ਟਰਾਲੀ ਆਪਾਂ ਬੰਨ ਲਈ ਹੈ ਅਤੇ ਹੁਣ ਪੱਠੇ ਲੈਣ ਚੱਲੇ ਹਾਂ। ਖੜ ਜਾਓ ਮੜ ਜਾ, ਮੈਨੂੰ ਨਾਲ ਦੀਆਂ ਦੋਨੇ ਚੀਜ਼ਾਂ ਸਾਹਮਣੀਆਂ ਪੈਣੀਆਂ। ਹਾਂ ਵੀ ਮਿੱਤਰ, ਕਹਿਵਾਂ ਕੀ ਗੱਲ ਹੈ? ਆਵਾਜ਼ ਨਹੀਂ ਸੁਣੀ ਤੇਰੀ ਉੱਚੀ। ਮਿੱਤਰ ਪੂਰਾ ਕੈਮ ਹੈ ਅਤੇ ਅੱਜ ਆਪਣਾ ਛੋਟਾ ਟਰੈਕਟਰ ਕੱਢਿਆ ਅਤੇ ਇਹਨੂੰ ਹੁਣ ਲੈ ਕੇ ਜਾਣਾ ਆਪਾਂ ਨੇ ਪਰਾਂ ਨੂੰ। ਟਰਾਲੀ ਪਾ ਲਈ ਹੈ ਅਤੇ ਮਤਲਬ ਪੱਠੇ ਲੱਗੂਗਾ ਮੁੰਡਾ। ਚੱਲ ਵੀ ਪੱਠੇ ਵੱਢਣ ਵਾਲੀ ਮਸ਼ੀਨ ਅੱਜ ਤੱਕ ਚਲਾ ਕੇ ਦੇਖਦੇ ਹਾਂ ਆਪਾਂ। ਆਹ ਸਾਨੂੰ ਪੁੱਠਾ ਸਾਨੂੰ ਸਿਖਾਓਗੇ ਇਹਦਾ ਨਾਂ ਹੈ ਸੋਨੂ। ਹੈਲੋ, ਛੋਟਾ ਨਾਂ ਜੀ ਰੱਖਿਆ ਵਾ ਅਤੇ ਡੋਲੇ ਡੋਲੇ ਪੂਰੇ ਬਣਾਈ ਫਿਰਦਾ ਇਹ ਮੁੰਡਾ। ਇਹੋ ਜਿਹੀ ਗੱਲ ਨਹੀਂ, ਦਿਖਾਈ ਡੋਲੇ ਆਪਣੇ ਯਾਰ। ਇਹ ਚੱਕ ਪਰੌਂਠਾ ਸੌਖਾ ਕੰਮ ਨਹੀਂ ਸੀਗਾ ਕਿਉਂਕਿ ਪੈਡਲਾਂ ਨਾਲ ਇਹਨੂੰ ਬੈਲੈਂਸ ਕਰਨਾ ਸੀ, ਇਹਦਾ ਮੋੜ ਘੇੜੇ ਕੱਟਣੇ ਸੀਗੇ। ਦੂਜੀ ਗੱਲ ਇਹ ਚੀਜ਼ ਵਧੀਆ, ਹਾਂ ਥੋੜ੍ਹਾ ਹੱਥ ਪਾਵਾਂਗੇ ਤਾਂ ਹੀ ਪਤਾ ਲੱਗਦਾ ਚੀਜ਼ ਦਾ। ਅਤੇ ਤੁਸੀਂ ਹੁਣ ਕਿੰਨਾ ਕੁ ਟਾਈਮ ਲਾਉਣਾ? ਸਾਰਾ ਹੀ ਚਲੋ ਚਲੋ ਠੀਕ ਆ, ਆਵਾਜ਼ ਮਾਰ ਲਿਆ ਫਿਰ। ਟਰੈਕਟਰ ਚਲਾਉਣਾ ਯਾਰ, ਤੂੰ ਕਿੱਥੇ ਚਲਾ ਲੇਗਾ? ਚਲਾ ਲੈਣਾ, ਉਸ ਦਾ ਬੂਟ ਆ ਨਾ ਪਿੱਛੇ ਪੁੱਠਾ। ਕੀ ਆ ਰਿਹਾ ਪੁੱਠਾ ਤੇ ਬੂਟ? ਕੀ ਕਹਿੰਦਾ? ਲਓ ਜੀ ਆਪਣਾ ਕੀ ਕਹਿੰਦੇ ਆ ਭਰੀਆਂ ਲੱਦ ਦਿੱਤੀਆਂ ਮੁੰਡਿਆਂ ਨੇ ਅਤੇ ਹੁਣ ਆਪਾਂ ਇੱਥੋਂ ਟਰੈਕਟਰ ਲੈ ਕੇ ਚੱਲਦੇ ਹਾਂ। ਦੂਜੀ ਪੱਠੇ ਵਾਲੀ ਮਸ਼ੀਨ ਹੈ ਵੀ ਆੜੀ ਲੈ ਗਿਆ। ਚਲੋ ਜੀ ਆਪਾਂ ਹੁਣ ਐਂ ਕਰਦੇ, ਜਿਹੜੀ ਆ ਲੱਦਿਆ ਹੋਇਆ ਬਾਈ ਨੇ ਸਮਾਨ, ਇਹਦੇ ਉੱਪਰ ਦੁਬਾਰਾ ਤੋਂ ਗੇੜੀ ਲਾਉਂਦੇ ਹਾਂ। ਨਜ਼ਾਰੇ ਬਹੁਤ ਆਉਂਦੇ ਨੇ, ਆ ਜਾਓ। ਇਹ ਹੁਣ ਆਪਾਂ ਇਹਦੀ ਤੂੜੀ ਬਣਾ ਕੇ ਪਸ਼ੂਆਂ ਨੂੰ ਛਕਾ ਦੇਣੀ ਹੈ, ਨਾਲੇ ਦੇਖੋ ਜੀ ਨਾ ਅੱਗ ਲਾਉਣ ਦੀ ਲੋੜ ਹੈ। ਅਤੇ ਅੱਜ ਅਸੀਂ ਟਰੈਕਟਰ ਆਪਣਾ ਛੋਟਾ ਨਿੱਕਾ ਟਰੈਕਟਰ ਚੱਕਿਆ ਵਾ ਅਤੇ ਉਹ ਨਿੱਕਾ ਜਿਹੜਾ ਪਿੱਛੇ ਖੜਾ ਨਿੱਕਾ ਉਹ ਪੂਰਾ ਤਿਆਰ ਹੈ, ਕਹਿੰਦਾ ਮੈਂ ਸੈਲਫ ਸੁਲਫ ਮਾਰਾਂ। ਆ ਜਾ ਵੀ ਆੜੀ ਫਿਰ, ਕੋਈ ਚੱਕਰ ਨਹੀਂ, ਆ ਦੇਖੀਏ। ਟੈਨ ਟੈਨ ਥੈਂਕ ਯੂ, ਥੈਂਕ ਯੂ ਕੌਣ ਕਹੂ, ਥੈਂਕ ਯੂ। ਇੱਦਾਂ ਥੋੜ੍ਹਾ ਆਰਾਮ ਪੂਰਾ ਐਨ ਘੈਂਟ ਐਂ ਕਰਕੇ ਜਿਵੇਂ ਕਰਦੇ ਹੁੰਦੇ। ਥੈਂਕ ਯੂ, ਓ ਵਾਹ ਵਾਹ ਵਾਹ, ਚੱਲ ਵੀ ਆ ਜੀ। ਜੇ ਕਾਕਾ ਤੂੰ ਕੰਮ ਖਰਾਬ ਕੀਤਾ ਆਪਣਾ ਤੇਜ, ਖੜਕੈਂਤੀ ਪੂਰੀ ਹੋਣੀ ਆ ਹੁਣ ਇੱਧਰ। ਹੈਲੋ, ਠੀਕ ਆ? ਇਹ ਹੁਣ ਤੂੰ ਸੋਚ, ਤੇਰੀ ਪੂਰੀ ਵੀਡੀਓ ਬਣਦੀ ਹੁਣ ਤਾਂ ਸਬੂਤ ਆ। ਠੀਕ ਹੈ, ਖੁਸ਼ ਹੈ? ਹਾਂਜੀ। ਪੱਕੀ ਗੱਲ ਹੈ? ਹਾਂਜੀ ਪੱਕਾ। ਹਾਂਜੀ ਜੋਸ਼, ਹਾਸ ਦਾ ਜੋਸ਼। ਚੱਲ ਕੱਢ ਜਾ ਹੁਣ, ਆਹ ਹੁਣ ਆਪਾਂ ਆਏ ਥੋੜਾ ਫਿਰ ਚੱਕ
ਗਿਆ ਆਪਾਂ ਪਹੁੰਚ ਗਏ ਆ ਇਹ ਆ ਇਹ ਸਾਡਾ ਜਿਹੜਾ ਆ ਚਿੱਕਾ ਟਰੈਕਟਰ ਤੇ ਕਿੱਧਰ ਖੜਾ ਜੀ ਕਿੱਧਰ ਗਿਆ ਆ ਮੱਛਾਂ ਖੜੀਆਂ ਕਰੇ ਆ ਦੇਖੋ ਇੰਜੋਇੰਗ ਗੇੜੀ ਵਿੱਚ ਗੁਰਜੀਤ ਇੱਧਰ ਆ ਜਾਂਦੇ ਆਪਾਂ ਲੈ ਵੀ ਗੇਟ ਖੋਲਦੇ ਮੁੰਡੇ ਨਾਲ ਹਾਂਜੀ ਵਲੌਗ ਆਪਣਾ ਹੋ ਗਿਆ ਕੰਪਲੀਟ ਅਤੇ ਇੰਪੋਰਟੈਂਟ ਗੱਲ ਰਹਿ ਗਈ ਇਹ ਕਿ ਆਪਣੇ ਚੈਨਲ ਨੂੰ ਹੁਣ ਤੁਸੀਂ ਸਬਸਕ੍ਰਾਈਬ ਵੀ ਕਰਨਾ ਅਤੇ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰ ਦਿਓ ਬੰਦਾ ਪਿਆਰ ਹੀ ਭਾਲਦਾ ਜੀ ਹੋਰ ਕੀ ਭਾਲਦਾ ਸੋ ਤੁਹਾਡੇ ਕਮੈਂਟ ਤੋਂ ਪਤਾ ਲੱਗੂਗਾ ਕਿ ਵੀਡੀਓ ਘੈਂਟ ਲੱਗੀ ਤੁਹਾਨੂੰ ਕਿ ਨਹੀਂ ਲੱਗੀ ਫਿਰ ਆਪਾਂ ਹੋਰ ਘੈਂਟ ਘੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਕੀਪ ਵਾਚਿੰਗ ਗਿੜੀ ਵਿਦ ਗੁਰਜੀਤ ਅਤੇ ਫਿਰ ਮਿਲਦੇ ਹਾਂ ਆਪਾਂ ਅਗਲੇ ਵਲੌਗ 'ਚ ਚੰਗਾ ਜੀ ਸਤਿ ਸ਼੍ਰੀ ਅਕਾਲ